ਇਹ ਕਿਆ ਕੀਤੇ ਵੇ? ਓਏ ਕਿਆ ਕੀਤੇ? ਗਿੱਲੇ ਪੋਚੇ ਤੇ ਬੂਟ ਲੈ ਕੇ ਆ ਗਏ ਵੇ। ਤੁਸੀਂ ਤਾਂ ਚਲੇ ਗਿਆ ਵੇ, ਪਰ ਦੁਬਾਰਾ ਕਿਉਂ ਆ ਗਏ ਵੇ? ਓਏ ਕੋਈ ਜ਼ਰੂਰੀ ਕਾਗਜ਼ ਭੁੱਲ ਗਿਆ ਹਮ, ਉਹ ਲੈ ਵਣ ਆਇਆ। ਤੇ 15 ਮਿੰਟ ਦਰਵਾਜ਼ੇ ਤੇ ਖੜੇ ਕਹਿਣਾ ਹੋ ਸੰਦਿਆ ਵੇ। ਹਾਂ ਹਾਂ, ਹੁਣ ਮੈਨੂੰ ਦੁਬਾਰਾ ਪੋਚਾ ਲਾਉਣਾ ਪੋਸੀ। ਸ਼ੁਕਰੇ ਮਿਲ ਗਏ। ਹੁਣ ਕਿੱਥੇ ਵੇਂਦੇ ਪਏ ਵੇ? ਓਏ ਕਾਗਜ਼ ਲੈ ਵਣ ਆਇਆ ਹਾਂ, ਲੈ ਕੇ ਵੇਂਦਾ ਪਿਆ। 15 ਮਿੰਟ ਰੁਕ ਵੰਜੋ। ਓਏ 15 ਮਿੰਟਾਂ 'ਚ ਕਿਆ ਹੋਵੇ ਸੀ? 15 ਮਿੰਟਾਂ 'ਚ ਪੋਚਾ ਸੁੱਕ ਵੇ ਸੀ। ਮੈਨੂੰ ਦੇਰ ਹੁੰਦੀ ਕਿ ਮੈਂ ਵੇਂਦਾ ਪਿਆ? ਗਿੱਲੇ ਪੋਚੇ ਤੋਂ ਟੱਪਣ ਤੋਂ ਪਹਿਲਾਂ ਨਾ ਤਾਕੂ ਮੇਰੀ ਲਾਸ਼ ਦੇ ਉੱਤੋਂ ਟੱਪਣਾ ਪੋਸੀ। ਓਏ ਏਡੀ ਵੱਡੀ ਤਾਂ ਗੱਲ ਹੀ ਕਹਿਨੀ, ਦੁਬਾਰਾ ਲਾ ਲਵੀ ਪੋਚਾ। ਦੁਬਾਰਾ ਹੀ ਤਾਂ ਲਾਇਆ ਈ। ਤੇ ਫਿਰ ਯਾਰ ਤੀਸਰੀ ਵਾਰ ਲਾ ਲਵੀ। ਹਾਂ, ਮੈਂ ਤਾਂ ਹਾਏ ਪੋਚੇ ਲਾਉਣ ਵਾਸਤੇ ਨੁਕਰਾਣੀ ਜੁੱਥੇ। ਤੇ ਮੈਂ ਨਾ ਤੇਰੇ ਹੱਥ ਜੋੜਦਾ, ਮੈਨੂੰ ਜਾ ਲੈਣ ਦੇ, 15 ਮਿੰਟਾਂ ਬਾਅਦ ਮੇਰੀ ਬੱਸ ਏ। ਕੋਈ ਗੱਲ ਕਹਿਨੀ, ਅਗਲੀ ਬੱਸ ਤੇ ਚੱਲੇ ਵੰਨਣ। ਅਗਲੀ ਬੱਸ 2 ਘੰਟੇ ਬਾਅਦ ਵੇਂਦੀ ਏ, ਤੇ ਟੈਕਸੀਆਂ ਦੀ ਵੀ ਹੜਤਾਲ ਏ। 3 ਘੰਟੇ ਦਾ ਸਫ਼ਰ ਏ ਯਾਰ, ਮੈਂ ਦਿੱਲੀ ਪਹੁੰਚਣੇ। ਹਾਏ, ਤੁਸੀਂ ਦਿੱਲੀ ਵੀ ਨਹੀਂ ਪਏ? ਮੈਨੂੰ ਪਹਿਲੇ ਤਾਂ ਦੱਸੀਂ ਦੇ, ਮੈਂ ਵੀ ਤੁਹਾਡੇ ਨਾਲ ਚੱਲਦੀ। ਮੈਂ ਨਾ ਦਿੱਲੀ ਦਾ ਲਾਲ ਕਿਲ੍ਹਾ ਕਦੇ ਕਹਿ ਨਹੀਂ ਦੇਖਿਆ। ਅਖੇਂਦੇ ਨਾ ਬਹੁਤ ਸੋਹਣਾ ਹੈ, ਸੱਚੀ ਇੰਨਾ ਸੋਹਣਾ ਹੈ। ਮੈਂ ਨਾ ਤੈਨੂੰ ਫੇਰ ਕਿਸੇ ਦਿਨ ਦਿੱਲੀ ਦਾ ਲਾਲ ਕਿਲ੍ਹਾ ਦਿਖਾ ਦੇ ਸਾਂ। ਅੱਜ ਮੈਨੂੰ ਅਦਾਲਤ ਦਾ ਕੰਮ ਏ। ਅਦਾਲਤ? ਹਾਏ ਹਾਏ, ਅਦਾਲਤ ਦਾ ਕੀ ਕੰਮ ਪੈ ਗਿਆ ਤੁਹਾਨੂੰ? ਓਏ ਕਿਸੇ ਪਾਰਟੀ ਨੇ ਸਾਡੇ ਤੋਂ ਮਾਲ ਲਿਆ ਹਾਈ, ਪੇਮੈਂਟ ਤਾਂ ਕੀਤੀ ਕਹਿ ਨਹੀਂ, ਉਲਟਾ ਕੇਸ ਕਰ ਦਿੱਤੇ, ਮਾਲ ਖਰਾਬ ਹਾਈ। ਜੇ ਮੈਂ ਨਾ ਪਹੁੰਚਿਆ ਨਾ ਸਾ ਕੇਸ ਹਾਰ ਵੇਖੂ। ਅੱਛਾ ਰੁਕੋ ਤੁਸੀਂ 1 ਮਿੰਟ। ਓਏ ਮੈਨੂੰ ਤੇ 1 ਮਿੰਟ ਰੁਕੋ, 1 ਮਿੰਟ। ਅੰਬੇ ਗੋਰੀ ਇਹਨਾਂ ਕੋ ਕੇਸ ਜਿਤਵਾ ਦੇਵੀ, ਇਹਨਾਂ ਕੋ ਪੈਸੇ ਵੀ ਦਿਵਾ ਦੇਵੀ। ਹੁਣ ਤੁਹਾਨੂੰ ਅੰਬੇ ਰਾਣੀ ਦਾ ਆਸ਼ੀਰਵਾਦ ਮਿਲ ਗਏ, ਹੁਣ ਤੁਸੀਂ ਕੇਸ ਜੀਤ ਕੇ ਆਸੋ। ਜਾਓ ਹੁਣ ਤੁਸੀਂ ਆਰਾਮ ਨਾਲ। ਕਿਆ ਗੱਲ, ਵੰਜਣਾ ਕਹਿ ਨਹੀਂ? ਓਏ ਹੁਣ ਬਸ ਟੱਪ ਗਈ ਏ, ਮੈਂ ਪਹੁੰਚ ਕੇ ਨਹੀਂ ਸਕਦਾ, ਤੇ ਅਸਾਂ ਕੇਸ ਹਾਰ ਵੇਸੂ, ਸਾਡਾ ਨੁਕਸਾਨ ਥੀ ਵੇਸੀ, ਤੇ ਇਹ ਸਾਰਾ ਨਾ ਤੇਰੇ। ਵਕੀਲ ਸਾਹਿਬ ਦਾ ਫੋਨ? ਹਾਂਜੀ ਵਕੀਲ ਸਾਹਿਬ। ਹਾਂਜੀ ਸੰਜੀਵ ਜੀ, ਤੁਹਾਨੂੰ ਦਿੱਲੀ ਆਵਣ ਦੀ ਕੋਈ ਲੋੜ ਕਹਿ ਨਹੀਂ, ਪਾਰਟੀ ਨੇ ਕੇਸ ਵਾਪਸ ਲੈ ਲਏ ਤੇ ਸਾਰੀ ਪੇਮੈਂਟ ਵੀ ਜਮ੍ਹਾਂ ਕਰਵਾ ਦਿੱਤੀ ਹੈ। ਤੇ ਇਹ ਚਮਤਕਾਰ ਕਿਵੇਂ ਥੀ ਗਏ? ਇਹ ਤਾਂ ਯਾਰ ਚਮਤਕਾਰ ਹੀ ਥੀ ਗਏ। ਜੈ ਮਾਤਾ ਰਾਣੀ, ਜੈ ਅੰਬੇ ਰਾਣੀ। ਕਿਆ ਹੋ ਗਏ? ਤੇਰੀ ਮਾਤਾ ਚ ਬਹੁ ਸ਼ਕਤੀ ਹੈ ਭਾਈ, ਤੂੰ ਨਾ ਇਵੇਂ ਕਰ, ਤਿਆਰ ਹੋ ਵਾਂ। ਕਿਉਂ? ਮੈਂ ਤੈਨੂੰ ਅੱਜ ਹੀ ਦਿੱਲੀ ਦਾ ਲਾਲ ਕਿਲ੍ਹਾ ਦਿਖਾ ਕੇ ਆਸਾਂ। ਹੈ ਸੱਚੀ? ਹਾਂ, 1.5 ਘੰਟੇ ਬਾਅਦ ਬੱਸ ਏ, ਤੇ ਤਿਆਰ ਹੋ ਵਾਂ। ਹਾਂ, 1 ਘੰਟਾ ਤਾਂ ਮੇਰੇ ਕੋ ਸੂਟ ਸਿਲੈਕਟ ਕਰਨੇ ਚ ਲੱਗ ਗਏ ਸੀ, ਬਾਕੀ 1/2 ਘੰਟੇ ਚ ਮੈਂ ਤਿਆਰ ਕਿਵੇਂ ਥੀ ਸਾਂ? ਅਗਲੀ ਬੱਸ ਕਿਤਨੀ ਦੇਰ ਬਾਅਦ ਆਵੇ? ਜਦੋਂ ਤੁਸੀਂ ਹੀ ਅੰਗੂਠੇ ਤੇ ਕਲਿੱਕ ਕਰੇ ਸੋ ਤਾਂ ਸਾਡਾ ਵੀਡੀਓ ਲਾਈਕ ਥੀ ਵੇਸੀ, ਤੇ ਜੇ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਹਿ ਨਹੀਂ ਕੀਤਾ ਤਾਂ ਹੀ ਸਬਸਕ੍ਰਾਈਬ ਦੇ ਉੱਪਰ ਕਲਿੱਕ ਕਰਕੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਵੇ। ਹੁਣ ਦੇ ਬਾਅਦ ਹੀ ਘੰਟੀ ਤੇ ਕਲਿੱਕ ਕਰੇ ਸੋ ਤਾਂ ਸਾਡੇ ਹਰ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਵੇ ਸੀ। ਜੇ ਤੁਸੀਂ ਸਾਡਾ ਚੈਨਲ ਪਹਿਲਾਂ ਤੋਂ ਹੀ ਸਬਸਕ੍ਰਾਈਬ ਕੀਤਾ ਹੋਏ ਤਾਂ ਦੁਬਾਰਾ ਸਬਸਕ੍ਰਾਈਬ ਕਰਨ ਦੀ ਜ਼ਰੂਰਤ ਕਹਿ ਨਹੀਂ ਹੁੰਦੀ। ਬਹੁ ਬਹੁ ਮਿਹਰਬਾਨੀ।